ਚੱਲਦਾ ਅਸਲੇ ਵਾਲਾ ਗਾਣਾ ਕਿਹੜੀ ਜਗ੍ਹਾ ਚੱਲਦਾ ਟੈਲੀਵਿਜ਼ਨ ਤੇ ਤੇ ਤੁਸੀਂ ਤਾਂ ਟੈਲੀਵਿਜ਼ਨ ਵਾਲੇ ਹੋ ਫਿਰ ਤੁਸੀਂ ਬੰਦ ਕਰੋ ਉਹਨਾਂ ਨੂੰ ਚਲਾਉਂਦੇ ਕਿਉਂ ਇਹ ਜ਼ਰੀਆ ਕੀ ਹੈ ਗਾਣਾ ਦਿਖਾਉਣ ਦਾ ਯੂਟਿਊਬ ਤੇ ਯੂਟਿਊਬ ਤਾਂ ਬਹੁਤ ਗੰਦ ਹੈ ਫਿਰ ਯੂਟਿਊਬ ਬੈਨ ਕਿਉਂ ਨਹੀਂ ਕਰਾਉਂਦੇ ਮੋਦੀ ਸਾਹਿਬ ਕਰ ਸਕਦੇ ਮੈਨੂੰ ਲੱਗਦਾ ਹੀ ਕੈਨ ਡੂ ਐਨੀਥਿੰਗ GST ਲਾ ਸਕਦੇ ਟੀਕਾ ਤਾਂ ਆਪ ਹੀ ਕਰ ਸਕਦੇ ਇਸ ਕਰਕੇ ਕੀ ਹੁੰਦਾ ਸਾਰੇ ਸਲੋਗਨ ਬਣ ਗਿਆ ਜਿੰਨੀਆਂ ਇਤਿਹਾਸਿਕ ਬੁੱਕਸ ਤਾਂ ਤੁਸੀਂ ਕਦੇ ਪੜ੍ਹਦੇ ਹੋ ਉਹ ਕਾਮ ਨਾਲ ਭਰੀਆਂ ਹੋਈਆਂ ਫਿਰ ਬਹੁਤ ਕਿਤਾਬਾਂ ਤਾਂ ਉਹਨਾਂ ਨੂੰ ਕਿਉਂ ਨਹੀਂ ਬੈਨ ਕਰਦੇ ਛੋਲੇ ਫਿਲਮ ਬਣ ਗਈ ਸੀ ਛੋਲੇ ਫਿਲਮ 'ਚ ਗੱਬਰ ਸਿੰਘ ਡਾਕੂ ਸੀ ਕੀ ਗੱਬਰ ਸਿੰਘ ਨੂੰ ਦੇਖਣ ਸਭ ਤੋਂ ਵੱਧ ਫਿਲਮ ਹੋਈ ਚੱਲੀ ਹੈ ਸ਼ਾਇਦ ਮੈਨੂੰ ਕੀ ਗੱਬਰ ਸਿੰਘ ਨੂੰ ਦੇਖਣ ਤੋਂ ਬਾਅਦ ਬਹੁਤ ਲੋਕ ਡਾਕੂ ਬਣ ਗਏ ਸੀ ਹਰ ਫਿਲਮ 'ਚ ਫਾਈਟ ਹੁੰਦੀ ਹੈ ਹਰ ਫਿਲਮ 'ਚ ਇੱਕ ਵਿਲਨ ਹੁੰਦਾ ਉਹ ਅਸੀਂ ਟਾਰਗੇਟ ਬਣ ਜਾਂਦੇ ਹਾਂ ਪੰਜਾਬ ਵਾਲੇ ਕਿਉਂਕਿ ਜੇ ਕਿਸੇ ਨੇ ਛੇਤੀ ਮਸ਼ਹੂਰ ਹੋਣਾ ਤਾਂ ਗਾਉਣ ਵਾਲੇ ਲੱਤ ਖਿੱਚ ਲਓ ਹੋਰ ਕਿਸੇ ਨਾਲ ਛੇਤੀ ਮਸ਼ਹੂਰ ਨਹੀਂ ਹੁੰਦਾ ਹੁਣ ਬੰਬੇ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਉਹ ਵੀ ਸਾਡੇ ਇੱਥੇ ਚੱਲਦੀਆਂ ਦਿੱਲੀ 'ਚ ਵੀ ਚੱਲਦੀਆਂ ਉਹਨਾਂ ਬਾਰੇ ਕਦੇ ਰੌਲਾ ਹੀ ਨਹੀਂ ਪੈਂਦਾ ਵੀ ਕਿਉਂ ਨਹੀਂ ਪੈਂਦਾ ਉਹਨਾਂ 'ਚ ਤਾਂ ਬਹੁਤ ਫਾਈਟ ਹੁੰਦੀ ਹੈ ਇੱਕ ਬੰਦਾ 100 ਨੂੰ ਕੁੱਟ ਦਿੰਦਾ ਗਾਣੇ 'ਚ ਤਾਂ ਇੱਕ ਇੱਕ ਨੂੰ ਹੀ ਕੁੱਟੂਗਾ ਨਾ ਉਹ ਤਾਂ ਵੱਡਾ ਕੰਮ ਕਰ ਜਾਂਦੇ ਕੋਈ ਕੁੱਟਣ ਵਾਲਾ ਵੀ ਹੁੰਦਾ ਕਈ ਵਾਰੀ